ਜੇਕਰ ਗੱਲ ਗਵਾਂਢੀ ਸੂਬਿਆਂ ਦੀ ਕਰੀਏ, ਚਾਹੇ ਹਿਮਾਚਲ ਹੈ, ਚਾਹੇ ਦਿੱਲੀ ਹੈ, ਚਾਹੇ ਉਸ ਤੋਂ ਬਾਅਦ ਹਰਿਆਣਾ ਹੈ, ਯੂਪੀ ਹੈ, ਹੋਰ ਕਈ ਇੱਦਾਂ ਦੇ ਇਲਾਕੇ ਜਿਹੜੇ ਹੈਗੇ ਨੇ, ਉਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਨੇ। ਤਾਂ ਹਿਮਾਚਲ ਦੇ ਵਿੱਚ ਪਿਛਲੇ 2-3 ਦਿਨ ਤੋਂ ਭਾਰੀ ਮੀਂਹ ਹੈ, ਬੱਦਲ ਫਟੇ ਹੋਏ ਆ ਕਈ ਥਾਂ 'ਤੇ। ਆਪਾਂ ਦੇਖ ਰਹੇ ਹਾਂ ਕਿ ਉੱਤਰਾਖੰਡ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਘਰ ਉੱਡ ਗਏ। ਕੀ ਇਸ ਵਾਰ ਜਿਹੜਾ ਮੀਂਹ ਪਵੇਗਾ ਕਿ ਕਿਸਾਨਾਂ ਦੇ ਲਈ ਲਾਭਦਾਇਕ ਹੋਏਗਾ ਜਾਂ ਫਿਰ ਨੁਕਸਾਨ ਹੋਵੇਗਾ? ਪਾਣੀ ਨਿਕਲਣ ਲਈ ਨਿਕਾਸੀ ਲਈ ਜਗ੍ਹਾ ਨਹੀਂ, ਫਿਰ ਤਾਂ ਹੈਗੇ ਹੜ੍ਹ ਵਰਗੇ ਹਾਲਾਤ। ਜੇ ਆਪਾਂ ਕਹਿ ਰਹੇ ਹਾਂ ਬਰਸਾਤ ਦੀ ਗੱਲ ਕਰੀਏ, ਵੀ ਜਿਵੇਂ ਰਾਤ ਕਿਣਮਿਣ ਹੋਈ ਆ, ਉਹ ਫਸਲਾਂ ਲਈ ਲਾਭਦਾਇਕ ਹੈ। ਉਹ ਪਾਣੀ ਹਿਮਾਚਲ ਤੋਂ ਇੱਧਰੋਂ ਆਪਣਾ ਜਿਹੜੀ ਗੱਲ ਆਪਾਂ ਪੰਚਕੂਲਾ ਹੋ ਕੇ, ਪੰਚਕੂਲਾ ਤੋਂ ਚੰਡੀਗੜ੍ਹ ਦੇ ਨਾਲ ਇਲਾਕਿਆਂ ਤੋਂ ਉੱਧਰੋਂ ਅੰਬਾਲੇ ਵਾਲੀ ਸਾਈਡ ਤੋਂ ਘੱਗਰ ਵੱਲ ਨੂੰ ਜਾਂਦਾ। ਪ੍ਰੋਗਰਾਮ ਬੋਲਦਾ ਪੰਜਾਬ, ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਮੌਸਮ ਪ੍ਰਤੀ ਜਿਹੜਾ ਹੈ ਗੱਲਬਾਤ ਕਰਾਂਗੇ। ਉੱਤਰੀ ਭਾਰਤ ਦੇ ਵਿੱਚ ਲਗਾਤਾਰ ਪੈ ਰਹੀ ਬਰਸਾਤ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਰਾਤ ਤੋਂ ਹੀ ਬਰਸਾਤੀ ਜਿਹੜੀ ਕਿਣਮਿਣ ਹੈ ਉਹ ਲਗਾਤਾਰ ਹੋ ਰਹੀ ਹੈ। ਕੀ ਪੰਜਾਬ ਦੀ ਗੱਲ ਕੀਤੀ ਜਾਵੇ, ਕਿਉਂਕਿ ਪਿਛਲੀ ਜਿਹੜਾ ਗੱਲ ਕੀਤੀ ਜਾਵੇ ਤਾਂ ਬਰਸਾਤ ਦੇ ਸਮੇਂ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੜ੍ਹ ਵਰਗੀ ਸਥਿਤੀ ਆ ਉਹ ਬਣੀ ਹੋਈ ਸੀ। ਇਸ ਵਾਰ ਕਿੰਨਾ ਕੁ ਜਿਹੜਾ ਮੌਸਮ ਦੇ ਵਿੱਚ ਕਰਵਟ ਆਵੇਗੀ, ਕਿੰਨਾ ਕੁ ਮੀਂਹ ਪਵੇਗਾ, ਇਸ ਦੀ ਅਸੀਂ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਅਸੀਂ ਬੋਲਦਾ ਪੰਜਾਬ ਦੇ ਵਿੱਚ ਦਿਖਾ ਰਹੇ ਹਾਂ। ਮੇਰੇ ਨਾਲ ਇਸ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਹੋਣਗੇ। ਰਪਾਣਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਮੌਸਮ ਭਾਗ ਕੀ ਕਹਿ ਰਿਹਾ, ਕਿੰਨੇ ਕੁ ਮੀਂਹ ਦੀ ਸੰਭਾਵਨਾ ਹੈ, ਕਿਉਂਕਿ ਰਾਤ ਤੋਂ ਜਿਹੜਾ ਕਈ ਇਲਾਕਿਆਂ ਦੇ ਵਿੱਚ ਕਿਣਮਿਣ ਹੋ ਰਹੀ ਹੈ? ਅਮਰਜੀਤ, ਗੱਲ ਹੈ ਜੇਕਰ ਕੱਲ੍ਹ ਪੰਜਾਬ ਦੀ ਕਰੀਏ, ਦੇਖੋ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਮੌਨਸੂਨ ਭਵਿੱਖਬਾਣੀ ਦੱਸ ਰਿਹਾ ਸੀ ਇਸ ਤੋਂ ਪਹਿਲਾਂ ਕਿ ਇੰਨਾ ਬਾਰਿਸ਼, ਉਸ ਤੋਂ ਬਹੁਤ ਜ਼ਿਆਦਾ ਘੱਟ ਹੈ। ਠੀਕ ਹੈ, ਕਈ ਇਲਾਕਿਆਂ 'ਚ ਤਾਂ ਬਾਰਿਸ਼ ਹੋਈ ਹੋ ਨਹੀਂ, ਜੇ ਕਿਤੇ ਹੋਈ ਹੈ ਉਹ ਬਹੁਤ ਘੱਟ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਕੁਝ ਕੁ ਇਲਾਕਿਆਂ 'ਚ ਬਰਸਾਤ ਆ ਜਿਹੜੀ ਕਾਫੀ ਪਈ ਹੈ। ਉੱਥੇ ਸ਼ਹਿਰਾਂ ਦੇ ਏਰੀਏ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੀ ਬਰਸਾਤੀ ਪਾਣੀ ਨਿਕਾਸੀ ਹੁੰਦੀ ਹੈ ਬਹੁਤ ਘੱਟ ਹੈ, ਪਾਣੀ ਖੜ੍ਹਾ, ਘਰਾਂ 'ਚ ਪਾਣੀ ਵੜ ਰਿਹਾ, ਸੜਕਾਂ 'ਤੇ ਪਾਣੀ ਖੜ੍ਹਾ, ਕਈ ਸੜਕਾਂ ਨੇ ਜਿਹੜਾ ਪਾਣੀ ਦੇ ਵਿੱਚ ਜਿਹੜਾ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ, ਇਹੋ ਜਿਹਾ ਜਿਹੜਾ ਮਾਹੌਲ ਬਣਿਆ ਹੋਇਆ। ਜੇਕਰ ਗੱਲ ਗਵਾਂਢੀ ਸੂਬਿਆਂ ਦੀ ਕਰੀਏ, ਚਾਹੇ ਹਿਮਾਚਲ ਹੈ, ਚਾਹੇ ਦਿੱਲੀ ਹੈ, ਚਾਹੇ ਉਸ ਤੋਂ ਬਾਅਦ ਹਰਿਆਣਾ ਹੈ, ਯੂਪੀ ਹੈ, ਹੋਰ ਕਈ ਇੱਦਾਂ ਦੇ ਇਲਾਕੇ ਜਿਹੜੇ ਹੈਗੇ ਨੇ, ਉਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਨੇ। ਜੇ ਆਪਾਂ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਪਿਛਲੇ 2-3 ਦਿਨ ਤੋਂ ਭਾਰੀ ਮੀਂਹ ਹੈ, ਬੱਦਲ ਫਟੇ ਹੋਏ ਆ ਕਈ ਥਾਂ 'ਤੇ। ਆਪਾਂ ਦੇਖ ਰਹੇ ਹਾਂ ਕਿ ਉੱਤਰਾਖੰਡ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਘਰ ਉੱਡ ਗਏ, ਮਤਲਬ ਕਿੰਨੀਆਂ ਜਿਹੜੀਆਂ ਆਪਾਂ ਪਿਛਲੇ ਦੇਖ ਰਹੇ ਹਾਂ, ਹਾਂ, ਵਾਇਨਾਡ ਦੇ ਵਿੱਚ ਕਿੰਨੀਆਂ, ਘੱਟੋ ਘੱਟ 200 ਤੋਂ ਵੱਧ ਮੌਤਾਂ ਹੋ ਗਈਆਂ, ਹੈ ਨਾ, ਮਤਲਬ ਇੱਦਾਂ ਦੇ ਹਾਲਾਤ ਕਈ ਸੂਬਿਆਂ 'ਚ ਦੇਖਣ ਨੂੰ ਮਿਲ ਰਿਹਾ। ਹਾਂ, ਪਰ ਗੱਲ ਹੁਣ ਪੰਜਾਬ ਦੀ ਹੈ। ਪੰਜਾਬ ਦੇ ਵਿੱਚ ਠੀਕ ਹੈ, ਤੁਸੀਂ ਕਿਹਾ ਕਿ ਰਾਤ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਪਿਆ, ਹੁਣ ਆਉਣ ਵਾਲੇ ਕੀ ਹਾਲਾਤ ਹੋਣਗੇ, ਆਪਾਂ ਇਹਦੇ ਬਾਰੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਮੌਸਮ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਸੁਰਿੰਦਰਪਾਲ ਜੀ। ਸੁਰਿੰਦਰਪਾਲ ਜੀ, ਗੱਲਬਾਤ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਜਾਣਕਾਰੀ ਆ ਉਹ ਹਾਸਲ ਕਰਦੇ ਹਾਂ ਜੀ। ਤੋਂ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਮੌਸਮ ਵਿਭਾਗ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਸੁਰਿੰਦਰਪਾਲ ਜੀ। ਸੁਰਿੰਦਰਪਾਲ ਜੀ, ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਸਵਾਗਤ ਹੈ। ਜੀ ਜੀ, ਧੰਨਵਾਦ ਜੀ। ਸੁਰਿੰਦਰਪਾਲ ਜੀ, ਮੌਸਮ ਵਿਭਾਗ ਜਿਵੇਂ ਹੁਣ ਕਾਫੀ ਦੇਰ ਤੋਂ ਬਾਰਿਸ਼ ਨਹੀਂ ਪੈ ਰਹੀ ਸੀ, ਪਰ ਰਾਤ ਤੋਂ ਬਾਰਿਸ਼ ਕੋਈ ਸ਼ੁਰੂ ਹੋਈ ਹੈ, ਤੇ ਪੰਜਾਬ ਦਾ ਕੁੱਲ ਮਿਲਾ ਕੇ ਦੇਖੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਜ਼ਿਆਦਾ ਕਰਕੇ ਮੌਸਮ ਬਾਰਿਸ਼ ਹੋਣ ਦੀ ਸੰਭਾਵਨਾ? ਦੇਖੋ, ਪੰਜਾਬ ਦਾ ਵੈਸਟਰਨ ਪਾਰਟ ਆਫ ਪੰਜਾਬ, ਸਦਰਨ ਪਾਰਟ ਔਰ ਨੌਰਥ ਈਸਟਰਨ, ਇਹਨਾਂ ਇਲਾਕਿਆਂ ਵਿੱਚ ਚਾਂਸਿਸ ਹੈਗਾ ਕਿ ਚੰਗਾ ਮੀਂਹ ਪਊਗਾ, ਔਰ ਕੁਛ ਥਾਵਾਂ 'ਤੇ ਜਿਹੜਾ ਹੈਵੀ ਰੇਨਫਾਲ ਵੀ ਹੋ ਸਕਦਾ ਹੈ। ਤੇ ਕੁੱਲ ਮਿਲਾ ਕੇ ਅੱਜ ਦਾ ਦਿਨ ਜਿਹੜਾ ਹੈਗਾ ਚੰਗਾ ਰਹੇਗਾ, ਮੌਨਸੂਨ ਜਿੱਦਾਂ ਚੱਲਿਆ ਹੋਇਆ ਪਿਛਲੇ 48-24 ਘੰਟੇ 'ਚ, ਔਰ ਫਿਰ ਉਹ ਤੋਂ ਬਾਅਦ ਜਿਹੜਾ ਹੈਗਾ ਕੱਲ੍ਹ ਵੀ ਕੁਛ ਮੀਂਹ ਪਊਗਾ, ਫਿਰ ਪਰਸੋਂ ਤੋਂ ਜਿਹੜਾ ਹੈ ਕਮੀ ਆਏਗੀ ਦੇ ਵਿੱਚ ਨਾ, ਜਿਹੜਾ ਮੀਂਹ ਪੈ ਰਿਹਾ। ਤਾਂ ਕੁੱਲ ਮਿਲਾ ਕੇ
ਵੀ 36 ਘੰਟੇ ਤੁਸੀਂ ਹੋਰ ਲੈ ਕੇ ਚੱਲੋ ਕਿ ਜਿਹੜਾ ਮੀਂਹ ਜਿਹੜਾ ਹੈਗਾ ਕੰਟੀਨਿਊ ਕਰੂਗਾ। ਪੰਜਾਬ ਦੇ ਕੁਝ ਇੱਦਾਂ ਦੇ ਜ਼ਿਲ੍ਹੇ ਹੋ ਸਕਦੇ ਨੇ ਜਿਨ੍ਹਾਂ ਜ਼ਿਲ੍ਹਿਆਂ ਨੂੰ ਆਪਾਂ ਦੇਖਦੇ ਹਾਂ ਕਿ ਜ਼ਿਆਦਾ ਸਤਰਕ ਰਹਿਣ ਦੀ ਲੋੜ ਹੈ, ਵੀ ਇਹਨਾਂ ਜ਼ਿਲ੍ਹਿਆਂ ਵਿੱਚ ਬਾਰਿਸ਼ ਬਹੁਤ ਜ਼ਿਆਦਾ ਹੋ ਸਕਦੀ ਹੈ, ਕੁਝ ਜ਼ਿਲ੍ਹੇ ਹੈ ਸਕਦੇ ਇਸ ਵਿੱਚ? ਦੇਖੋ ਉਹ ਤਾਂ ਤੁਸੀਂ ਦੇਖ ਰਹੇ ਪਠਾਨਕੋਟ ਹੈਗਾ, ਹੁਸ਼ਿਆਰਪੁਰ ਹੈਗਾ ਜੀ, ਫਿਰ ਇਸ ਤਰ੍ਹਾਂ ਜਲੰਧਰ ਆ ਗਿਆ, ਨਵਾਂਸ਼ਹਿਰ, ਜਿਹੜੇ ਜਿਹੜੇ ਪਹਾੜਾਂ ਦੇ ਨਾਲ ਜਿਹੜੇ ਲੱਗਦੇ ਉੱਥੇ ਤਾਂ ਚਾਂਸਿਸ ਹੁੰਦੇ ਹੀ ਕਿਉਂਕਿ ਪਹਾੜਾਂ 'ਚ ਵੀ ਮੀਂਹ ਚੱਲ ਰਿਹਾ ਅੱਜ ਕੱਲ੍ਹ। ਬਾਕੀ ਫਿਰ ਸਾਊਥ ਵਿੱਚ ਤੁਸੀਂ ਦੇਖਿਓ, ਸਾਊਥ ਵੈਸਟ ਜਿਹੜਾ ਮਾਲਵਾ ਰੀਜਨ ਹੈ ਉਹਦੇ 'ਚ ਤੁਸੀਂ ਦੇਖ ਲਓ ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ, ਇਹ ਸਭ ਪੂਰੀ ਬੈਲਟ ਹੈ, ਮੋਗਾ ਆ ਗਿਆ, ਲੁਧਿਆਣਾ ਆ ਗਿਆ, ਪਟਿਆਲਾ ਆ ਗਿਆ, ਠੀਕ ਹੈ ਜੀ, ਇਹਨਾਂ ਇਲਾਕਿਆਂ ਵਿੱਚ ਚਾਂਸਿਸ ਹੈਗੇ ਕਿ ਮੀਂਹ ਚੰਗਾ ਪਊਗਾ। ਪਹਾੜੀ ਇਲਾਕਿਆਂ ਜ਼ਿਆਦਾ ਬਾਰਿਸ਼ ਹੋ ਰਹੀ ਹੈ, ਜ਼ਿਆਦਾ ਮੀਂਹ ਪੈ ਰਿਹਾ, ਤਾਂ ਕੁਝ ਜਿਵੇਂ ਹੜਾਂ ਵਰਗੇ ਕੋਈ ਹਾਲਾਤ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ? ਨਹੀਂ ਦੇਖੋ ਇੰਨਾ ਤਾਂ ਨਹੀਂ ਅਜੇ ਇਮੀਡੀਏਟ ਕੰਸਰਨ ਨਹੀਂ ਹੈਗਾ ਕਿ ਹੜ ਜੈਸੇ ਚਾਂਸਿਸ ਹੈਗੇ, ਲੇਕਿਨ ਇਹ ਹੋ ਜਾਂਦਾ ਕਿ ਲੋ ਲਾਇੰਗ ਏਰੀਆ ਵਿੱਚ ਅਗਰ ਬਾਰਿਸ਼ਾਂ ਕੰਟੀਨਿਊ ਕਰਦੀਆਂ ਫਿਰ ਹੋ ਜਾਂਦਾ। ਖਾਸਕਰ ਜਿਹੜੇ ਜਿਹੜਾ ਤੁਹਾਡਾ ਮਾਲਵਾ ਬੈਲਟ ਹੈਗੀ ਹੈ ਨਾ, ਉੱਥੇ ਕਿਉਂਕਿ ਲੋ ਲਾਇੰਗ ਏਰੀਆ ਹੈ, ਉੱਥੇ ਪਾਣੀ ਕਈ ਵਾਰ ਜ਼ਿਆਦਾ ਹੋ ਜਾਂਦਾ, ਖੜਾ ਹੋ ਜਾਂਦਾ, ਔਰ ਜਿਹੜਾ ਗਰਾਊਂਡ ਵਾਟਰ ਪਰਕੂਲੇਸ਼ਨ ਵੀ ਘੱਟ ਹੁੰਦਾ ਉੱਥੇ ਨਾ, ਕਿਉਂਕਿ ਉਹ ਇਲਾਕਾ ਇੱਦਾਂ ਦਾ ਹੈਗਾ, ਉਹ ਤਦੋਂ ਚਾਂਸ ਹੋ ਸਕਦਾ। ਲੇਕਿਨ ਮੈਨੂੰ ਇਹ ਵੀ ਇਮੀਡੀਏਟ ਕੋਈ ਕੰਸਰਨ ਇੰਨਾ ਲੱਗਦਾ ਨਹੀਂ ਹੈ ਕਿ ਇਮੀਡੀਏਟ ਕੋਈ ਇੱਦਾਂ ਦਾ ਪਾਣੀ ਖੜਾ ਹੋਣ ਦੀ ਜਾਂ ਹੜਾਂ ਦੀ ਕੋਈ ਗੱਲ ਹੋਵੇ। ਇੱਕ ਆਖਰੀ ਸਵਾਲ ਨੇਪਾਲ ਜੀ, ਕਿ ਆਪਾਂ ਪੰਜਾਬ ਦੇ ਲੋਕ ਖਾਸ ਕਰਕੇ ਮਾਲਵਾ ਇਲਾਕੇ ਦੇ ਲੋਕ ਨੇ ਜਿਹੜੇ, ਉਹ ਜਦੋਂ ਆਪਾਂ ਦੇਖਦੇ ਬਾਰਿਸ਼ਾਂ ਦਾ ਮੌਸਮ ਹੁੰਦਾ ਤਾਂ ਕਾਫੀ ਜ਼ਿਆਦਾ ਉਹਨਾਂ ਦੇ ਅੰਦਰ ਡਰ ਹੁੰਦਾ, ਸਹਿਮ ਹੁੰਦਾ, ਔਰ ਹੁਣ ਵੀ 2 ਦਿਨ ਤੋਂ ਕਾਫੀ ਲੋਕ ਦੇਖ ਰਹੇ ਵੀ ਘੱਗਰ 'ਚ ਪਾਣੀ ਆਏਗਾ, ਨਦੀਆਂ 'ਚ ਆਏਗਾ, ਕੋਈ ਇੱਦਾਂ ਦੀ ਸੰਭਾਵਨਾ, ਕੋਈ ਡਰਨ ਦੀ ਲੋੜ ਹੈ ਲੋਕਾਂ ਨੂੰ? ਦੇਖੋ ਘੱਗਰ 'ਚ ਚਾਂਸ ਪਹੁੰਚ ਜਾਂਦਾ ਪਾਣੀ ਦਾ ਕਿਉਂਕਿ ਹਿਮਾਚਲ 'ਚ ਮੀਂਹ ਹੋ ਰਿਹਾ ਲਗਾਤਾਰ, ਤਾਂ ਪੰਜਾਬ ਨੂੰ ਖਾਸਕਰ ਜਿਹੜਾ ਅਸਰ ਕਰਦੀਆਂ ਨਦੀਆਂ ਕਰਦੀਆਂ, ਨਹਿਰਾਂ ਕਰਦੀਆਂ, ਕਿਉਂਕਿ ਪਾਣੀ ਉੱਪਰੋਂ ਆਉਂਦਾ ਹੈ, ਉਹਦੇ ਕਰਕੇ ਕੁਛ ਕੰਸਰਨ ਹੋ ਸਕਦਾ ਹੈ। ਲੇਕਿਨ ਕਿਉਂਕਿ ਜੁਲਾਈ 'ਚ ਵੀ ਇਸ ਵਾਰ ਘੱਟ ਹੀ ਹੋਇਆ, ਤਾਂ ਉਹਦੇ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਇਮੀਡੀਏਟ ਕੋਈ ਇੱਦਾਂ ਪੈਨਿਕ ਹੋਣ ਦੀ ਲੋੜ ਹੈਗੀ ਆ। ਲੇਕਿਨ ਇਹ ਜ਼ਰੂਰ ਹੈ ਕਿ ਪ੍ਰੀਕੋਸ਼ਨ ਲੈਣ ਦੀ ਜ਼ਰੂਰਤ ਹੈ, ਜਿੱਥੇ ਜਿੱਥੇ ਵੀ ਕੈਨਾਲਸ ਹੈਗੀਆਂ, ਰਿਵਰਸ ਹੈਗੀਆਂ, ਉੱਥੇ ਉੱਥੇ ਚਾਂਸਿਸ ਬਣਦੇ ਹੈ। ਜੀ ਜੀ ਜੀ, ਕੋਈ ਕਿਸਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਕਿ ਉਹ ਫਸਲਾਂ ਨੂੰ ਪਾਣੀ ਲਾਉਣ ਜਾਂ ਵੇਟ ਕਰਨ? ਜਾਂ ਇਹ ਤਾਂ ਚੰਗਾ ਹੀ ਹੈ, ਬਹੁਤ ਚੰਗਾ ਹੋ ਗਿਆ, ਬਲਕਿ ਹੁਣ ਤਾਂ ਪਾਣੀ ਲਾਉਣ ਦੀ ਲੋੜ ਵੀ ਨਹੀਂ ਹੈਗੀ ਜੀ, ਔਰ 36 ਘੰਟੇ ਤਾਂ ਉਹ ਆਪਣਾ ਥੋੜਾ ਬਚਾਅ ਹੀ ਕਰਨਗੇ, ਕੋਈ ਸਪਰੇਅ ਦੀ ਵੀ ਲੋੜ ਨਹੀਂ ਹੈਗੀ ਆ ਦੇਣ ਦੀ, ਔਰ ਮੀਂਹ ਜਿਹੜਾ ਹੈਗਾ ਬਹੁਤ ਚੰਗਾ ਹੈ ਰਾਜਰ, ਗੁੱਡ ਸਿਗਨਲ, ਬਿਲਕੁਲ। ਅਮਰ ਜੀ ਦੇਖੋ, ਸੁਰਿੰਦਰਪਾਲ ਜੀ ਇਹ ਗੱਲ ਕਹਿ ਰਿਹਾ ਕਿ 36 ਘੰਟੇ ਆਉਣ ਵਾਲੇ, ਵੀ ਉਹ ਮੰਨ ਕੇ ਚੱਲ ਰਿਹਾ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਹੁਣ ਇਹ ਇਲਾਕੇ ਕਿਹੜੇ ਕਿਹੜੇ ਆ? ਇੱਕ ਤਾਂ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਖਾਸ ਕਰਕੇ ਹਿਮਾਚਲ ਦੇ ਨਾਲ ਲੱਗਦੇ ਆ, ਪਹਾੜੀ ਏਰੀਏ ਦੇ ਨਾਲ ਲੱਗਦੇ ਆ, ਪਹਾੜੀ ਏਰੀਆ ਤੋਂ ਜਿਹੜਾ ਮੀਂਹ ਦੀ ਬਰਸਾਤ ਹੋ ਸਕਦੀ ਹੈ। ਉਹ ਕਹਿੰਦੇ ਦੇਖੋ ਪਹਾੜੀ ਏਰੀਆ 'ਚ ਬਾਰਿਸ਼ ਪੈ ਰਹੀ ਹੈ, ਵੀ ਜਿਹੜਾ ਉਹ ਬੱਦਲ ਆ ਉਹ ਪਹਾੜੀ ਏਰੀਏ ਦੇ ਨਾਲ ਲੱਗਦੇ, ਚਾਹੇ ਉਹ ਪੰਜਾਬ ਦੇ ਆ, ਚਾਹੇ ਉਹ ਹਰਿਆਣਾ ਦੇ ਆ, ਜਾਂ ਜਿਹੜੇ ਵੀ ਇਲਾਕੇ ਲੱਗਦੇ, ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ, ਉਹਦੇ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਇਸੇ ਤਰ੍ਹਾਂ ਕੁਝ ਆਨੰਦਪੁਰ ਸਾਹਿਬ ਦਾ ਇਲਾਕਾ ਨਾਲ ਲੱਗਦਾ, ਠੀਕ ਹੈ, ਅਤੇ ਹੋਰ 1-2 ਜ਼ਿਲ੍ਹੇ ਹੋਰ, ਜਲੰਧਰ ਦੇ ਵੀ ਕੋਈ ਜਿਹੜੇ ਜ਼ਿਲ੍ਹੇ ਪਰਾਂ ਨੂੰ ਆਪਾਂ ਜਿਹੋ ਜਾਂਦੇ ਹਾਂ ਨਾਲ ਲੱਗ ਜਾਂਦੇ ਜਿਹੜੇ ਪਿੰਡ ਹੈ, ਤਾਂ ਉਹਨਾਂ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਜਿਹੜੇ ਵੀ ਲੱਗਦੇ ਆ, ਤਾਂ ਉਹਨਾਂ ਦੇ ਵਿੱਚ ਭਾਰੀ ਬਰਸਾਤ ਹੋਣ ਦੀ ਜਿਹੜੀ ਭਵਿੱਖਬਾਣੀ ਆ। ਇੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਜਿਹੜੇ ਇਸ ਸਾਈਡ 'ਤੇ ਮਾਲਵਾ ਦੇ ਵਿੱਚ, ਉਹਦੇ ਵਿੱਚ ਮਾਲਵਾ ਦੇ ਵਿੱਚ ਆਪਾਂ ਬਠਿੰਡਾ, ਬਠਿੰਡੇ ਦਾ ਫਾਜ਼ਿਲਕਾ, ਫਾਜ਼ਿਲਕਾ ਬਾਅਦ ਅਬੋਹਰ, ਜਿਹੜੇ ਇਹ ਇਲਾਕੇ ਨੇ, ਇਹਨਾਂ ਦੇ ਵਿੱਚ ਜਿਹੜਾ ਮੀਂਹ ਪੈਣ ਦੀ ਸੰਭਾਵਨਾ। ਪਰ ਉਹਨਾਂ ਨੇ ਕਿਸਾਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਮੇਰਾ ਰਪਾਣ ਜੀ ਸਵਾਲ ਸੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਹੈ, ਤੁਸੀਂ ਜਿਹੜਾ ਵੱਖ ਵੱਖ ਏਰੀਆ ਦਾ ਜਿਹੜਾ ਗੱਲ ਕੀਤੀ ਹੈ, ਕਿ ਇਸ ਵਾਰ ਜਿਹੜਾ ਕਿਸਾਨ ਦੀ ਗੱਲ ਕੀਤੀ ਜਾਵੇ, ਕਿਉਂਕਿ ਪਿਛਲੀ ਵਾਰ ਜਦੋਂ ਹੜ੍ਹ ਆਇਆ ਸੀ ਨਾ, ਕਈ 1 ਏਕੜ ਜਿਹੜੀ ਫਸਲ ਆ ਉਹ ਤਬਾਹ ਹੋ ਚੁੱਕੀ ਸੀ, ਕਿ ਇਸ ਵਾਰ ਜਿਹੜਾ ਮੀਂਹ ਪਵੇਗਾ
ਕਿ ਕਿਸਾਨਾਂ ਦੇ ਲਈ ਲਾਭਦਾਇਕ ਹੋਏਗਾ ਜਾਂ ਫਿਰ ਨੁਕਸਾਨ ਹੋਵੇਗਾ? ਦੇਖੋ, ਬਾਰਿਸ਼ ਪੈਣਾ ਅਲੱਗ ਗੱਲ ਹੈ, ਹੜ੍ਹ ਦੇ ਹਾਲਾਤ ਉਹ ਇੱਕ ਵੱਖਰਾ ਮੈਟਰ। ਹੜ੍ਹ ਦੇ ਹਾਲਾਤ ਪੰਜਾਬ 'ਚ ਖਾਸ ਕਰਕੇ ਉਦੋਂ ਬਣਦੇ ਆ ਜਦੋਂ ਉੱਪਰ ਪਹਾੜੀ ਏਰੀਆ 'ਚ ਮੀਂਹ ਜ਼ਿਆਦਾ ਪੈ ਜਾਵੇ ਅਤੇ ਉਹ ਜਿਹੜਾ ਪਾਣੀ ਹੈ ਘੱਗਰ ਤੋਂ ਹੋਰ ਨਦੀਆਂ ਨਾਲਿਆਂ ਦੇ ਰਾਹੀਂ ਪੰਜਾਬ ਨੂੰ ਆਉਂਦਾ। ਜੇਕਰ ਮੀਂਹ ਪੰਜਾਬ ਦੇ ਵਿੱਚ ਵੀ ਪੈ ਰਿਹਾ ਅਤੇ ਪਿੱਛੇ ਵੀ ਮੀਂਹ ਪਈ ਆ ਰਿਹਾ ਔਰ ਪਿੱਛੋਂ ਮੰਨ ਲਓ ਫਲੱਡ ਗੇਟ ਕਈ ਵਾਰ ਆਪਾਂ ਦੇਖਦੇ ਹਾਂ ਖੁੱਲ੍ਹ ਜਾਂਦੇ ਆ, ਕਈ ਪਾਣੀ ਆ ਜਿਹੜਾ ਅੱਧਾ ਤਾਂ ਲੁਧਿਆਣਾ ਸਾਈਡ ਜਿਹੜਾ ਸਤਲੁਜ ਨੂੰ ਚਲਾ ਜਾਂਦਾ, ਕਈ ਪਾਣੀ ਜਿਹੜਾ ਇੱਧਰ ਪੰਚਕੂਲਾ ਹੋ ਕੇ ਘੱਗਰ ਵੱਲ ਨੂੰ ਆਉਂਦਾ, ਪਟਿਆਲੇ ਵੱਲ ਨੂੰ, ਨਦੀ ਵੱਲ ਨੂੰ ਆਉਂਦਾ। ਜਦੋਂ ਘੱਗਰ ਵੀ ਭਰ ਗਈ, ਨਦੀ ਵੀ ਭਰ ਗਈ, ਹੋਰ ਨਾਲੇ ਜਿਹੜੇ ਸਾਰੇ ਬਰਸਾਤੀ ਭਰੇ ਪਏ ਨੇ, ਉੱਧਰੋਂ ਮੀਂਹ ਵੀ ਪੈ ਰਿਹਾ, ਠੀਕ ਹੈ, ਪਾਣੀ ਨਿਕਲਣੀ ਨਿਕਾਸੀ ਲਈ ਜਗ੍ਹਾ ਨਹੀਂ, ਫਿਰ ਤਾਂ ਹੈਗੇ ਹੜ੍ਹ ਵਰਗੇ ਹਾਲਾਤ। ਜੇ ਆਪਾਂ ਕਹਿ ਰਹੇ ਹਾਂ ਬਰਸਾਤ ਦੀ ਗੱਲ ਕਰੀਏ ਵੀ ਜਿਵੇਂ ਰਾਤ ਕਿਣਮਿਣ ਹੋਈ ਆ ਉਹ ਫਸਲਾਂ ਲਈ ਲਾਭਦਾਇਕ ਹੈ, ਤਾਂ ਮੌਸਮ ਵਿਭਾਗ ਨੇ ਇਹ ਵੀ ਕਿਹਾ, ਆਪਾਂ ਜਿਵੇਂ ਉਹਨਾਂ ਗੱਲਬਾਤ ਕੀਤੀ ਆ ਸੁਰਿੰਦਰਪਾਲ ਨੇ, ਉਹ ਕਹਿੰਦੇ ਵੀ ਕਿਸਾਨਾਂ ਲਈ ਇਹ ਬਹੁਤ ਲਾਭਦਾਇਕ ਹੈ ਅਤੇ ਵੱਡੀ ਗੱਲ ਇਹ ਹੈ ਕਿ ਬਿਜਲੀ ਦੀ ਬੱਚਤ ਹੋਣੀ ਆ, ਬਿਲਕੁਲ, ਠੀਕ ਹੈ, ਕਿਉਂਕਿ ਮੋਟਰਾਂ ਚੱਲਣੀਆਂ ਨੇ, ਠੀਕ ਹੈ, ਪਾਣੀ ਜਿਹੜਾ ਕਿਸਾਨਾਂ ਨੂੰ ਜਿਹੜਾ ਲੋੜ ਹੈ ਉਹ ਬਾਰਿਸ਼ ਨਾਲ ਪੈ ਰਿਹਾ, ਧਰਤੀ ਹੈ ਜਿਹੜੀ ਉਹ ਬਾਰਿਸ਼ ਦਾ ਪਾਣੀ ਲੈ ਰਹੀ ਹੈ, ਮੋਟਰਾਂ ਦੇ ਪਾਣੀ ਦੀ ਲੋੜ ਨਹੀਂ, ਕੁਝ ਨਹਿਰਾਂ ਦਾ ਪਾਣੀ ਆ ਰਿਹਾ, ਤਾਂ ਇਸ ਕਰਕੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਬਾਕੀ ਉਹਨਾਂ ਨੇ ਹੜ੍ਹ ਵਰਗੇ ਹਾਲਾਤਾਂ 'ਤੇ ਜ਼ਿਕਰ ਇਹ ਕੀਤਾ ਹੈ ਵੀ ਹਾਲ ਦੀ ਘੜੀ ਤਾਂ ਜਿਹੜੇ ਮੌਸਮ ਦੱਸ ਰਿਹਾ ਵੀ ਜਿਵੇਂ ਮੀਂਹ ਪੈਣਾ, ਉਹਨਾਂ ਦੀ ਕੋਈ ਲੋਕਾਂ ਨੂੰ ਇਹ ਨਹੀਂ ਹੈਗਾ ਕਿ ਵੀ ਹੜ੍ਹ ਆਉਣਗੇ, ਪਰ ਫਿਰ ਵੀ ਸਤਰਕ ਲੈਣ ਦੀ ਜ਼ਰੂਰ ਲੋੜ ਹੈਗੀ ਹੈ। ਰੁਪਾਣਾ ਜੀ ਇੱਕ ਗੱਲ ਕੀਤੀ ਹੈ, ਤੁਸੀਂ ਕਿਹਾ ਵੀ ਸਤਰਕ ਲੈਣ ਦੀ ਜ਼ਰੂਰਤ ਹੈ, ਜੇਕਰ ਆਪਾਂ ਪਿਛਲੇ ਥੋੜ੍ਹੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਜਦੋਂ ਹੜ੍ਹ ਆਇਆ ਸੀ, ਵੱਡੀ ਨਦੀ ਜਾਂ ਛੋਟੀ ਨਦੀ ਆ ਜਾਂ ਇਹਨਾਂ ਦੇ ਨਾਲ ਇਲਾਕੇ ਘੱਗਰ ਦੀ ਗੱਲ ਕੀਤੀ ਜਾਵੇ, ਇਹ ਸਾਰਾ ਏਰੀਆ ਜਿਹੜਾ ਭਰ ਗਿਆ ਸੀ ਤਾਂ ਵੱਡਿਆਂ ਜਿਹੜਾ ਨੁਕਸਾਨ ਹੋਇਆ ਸੀ, ਤਾਂ ਇਸ ਵਾਰ ਕੀ ਲੱਗਦਾ ਜੇਕਰ ਤੁਸੀਂ ਕਹਿ ਰਹੇ ਹੋ ਹਿਮਾਚਲ ਦੇ ਵਿੱਚ ਭਾਰੀ ਜਿਹੜਾ ਮੀਂਹ ਪੈ ਰਿਹਾ, ਕੀ ਉਹਦਾ ਇਸਦਾ ਅਸਰ ਹੋ ਸਕਦਾ ਕੋਈ? ਦੇਖੋ, ਅਸਰ ਹੋਏਗਾ। ਜਿਹੜਾ ਹਿਮਾਚਲ ਦੇ ਵਿੱਚ ਮੀਂਹ ਪੈਂਦਾ, ਹਿਮਾਚਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਹਿਮਾਚਲ ਦਾ ਆਪਾਂ ਜਾਂਦੇ ਹਾਂ ਬਹੁਤ ਡੂੰਘੇ ਡੂੰਘੇ ਨਦੀਆਂ ਨੇ, ਬਹੁਤ ਡੂੰਘੇ ਡੂੰਘੇ ਟੋਏ ਆ, ਖੱਡੇ, ਹੈ ਨਾ, ਉਹ ਸਾਰੇ ਹੈ ਅੱਜ ਦੇ ਸਮੇਂ 'ਚ। ਦੇਖੋ, ਬਰਸਾਤਾਂ ਦੇ ਅਜੇ ਮੌਨਸੂਨ ਦੇ 1.5-2 ਮਹੀਨੇ ਬਾਕੀ ਹੈ। ਜਿਹੜਾ ਮੌਸਮ ਮੌਨਸੂਨ ਹੈ ਇਹ ਕਈ ਵਾਰ ਅਗਸਤ ਸਤੰਬਰ ਤੱਕ ਚਲਾ ਜਾਂਦਾ ਮੌਨਸੂਨ, ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕਹਿ ਰਹੇ ਹਾਂ ਵੀ ਸਾਉਣ ਨਿਕਲ ਗਿਆ ਜਾਂ ਮਾਰਚ 15 ਦਿਨ ਨਿਕਲ ਗਏ ਅਤੇ ਹੁਣ ਮੀਂਹ ਨਹੀਂ ਪੈਣਾ, ਇੱਦਾਂ ਦਾ ਨਹੀਂ ਹੈਗਾ। ਜਿਹੜੇ ਮੌਨਸੂਨ ਦਾ ਸਮਾਂ, ਠੀਕ ਹੈ, ਇਹ ਗੱਲ ਜ਼ਰੂਰ ਹੈ ਕਿ ਪਿਛਲੇ ਸਮੇਂ ਦੌਰਾਨ ਜਿੰਨੀ ਬਰਸਾਤ ਹੋਈ ਹੈ, ਪਿਛਲੇ ਆਹ ਜਿਹੜਾ ਹੁਣ ਤੱਕ ਜਿਹੜੀ ਜੁਲਾਈ ਨਿਕਲ ਗਈ ਹੈ, ਠੀਕ ਹੈ, ਜੁਲਾਈ ਦੇ ਐਂਡ ਤੱਕ ਤਾਂ ਭਾਰੀ ਜਿਹੜੀ ਹੈਗੀ ਹੈ ਬਰਸਾਤ ਹੋਈ ਸੀ, ਮੌਨਸੂਨ ਬਹੁਤ ਜ਼ਬਰਦਸਤ ਰਿਹਾ ਸੀ, ਇਸ ਵਾਰ ਮੌਨਸੂਨ ਕਮਜ਼ੋਰ ਹੈ। ਪਰ ਜੇਕਰ ਗੱਲ ਕਰੀਏ ਕਿ ਮੌਨਸੂਨ ਇਸ ਤੋਂ ਬਾਅਦ ਬਾਰਿਸ਼ ਹੋਣੀ ਨਹੀਂ, ਇੱਦਾਂ ਦਾ ਨਹੀਂ ਹੈਗਾ, ਬਾਰਿਸ਼ ਦੇ ਅਜੇ 1.5-2 ਮਹੀਨੇ ਬਾਕੀ ਪਏ ਆ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਨਦੀਆਂ ਨਾਲੇ ਵੀ ਘਬਰਾਉਣ ਦੀ ਲੋੜ ਹੈ ਕਿ ਨਹੀਂ, ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜਾ ਮੌਸਮ ਦੇ ਹਿਸਾਬ ਨਾਲ ਜਿਹੜਾ ਬੱਦਲ ਫਟ ਰਿਹਾ, ਪਾਣੀ ਆ ਗਿਆ ਜਾਂ ਕਈ ਵਾਰ ਕੋਈ ਬੰਨ ਟੁੱਟ ਗਿਆ ਜਾਂ ਕਈ ਵਾਰ ਦੇਖਿਆ ਆਪਾਂ ਡੈਮ ਆ ਜਾਂ ਡੈਮਾਂ ਤੋਂ ਪਾਣੀ ਕਿਹਾ, ਉਹ ਡੈਮ ਦਾ ਪਾਣੀ ਅਲੱਗ ਅਲੱਗ ਹਿੱਸਿਆਂ 'ਚ ਜਾਂਦਾ। ਜਿਵੇਂ ਆਪਾਂ ਪਿਛਲੀ ਵਾਰ ਗਏ ਸੀਗੇ ਬਿਆਸ ਵਾਲੀ ਸਾਈਡ 'ਤੇ, ਬਿਆਸ ਦਰਿਆ, ਸਤਲੁਜ ਦਰਿਆ, ਠੀਕ ਹੈ, ਕੁਝ ਹਿੱਸੇ ਹਿਮਾਚਲ ਦਾ ਪਾਣੀ ਆ ਜਿਹੜਾ ਉਹ ਉੱਧਰੋਂ ਨਿਕਲ ਜਾਂਦਾ, ਬਿਲਕੁਲ, ਬਿਆਸ ਨੂੰ, ਸਤਲੁਜ ਨੂੰ ਹੋ ਕੇ ਉਹ ਲੁਧਿਆਣਾ, ਜਲੰਧਰ, ਉੱਧਰਲੀ ਸਾਈਡ ਤੋਂ ਪਰਾਂ ਪਾਕਿਸਤਾਨ ਵਾਲੀ ਸਾਈਡ ਵੀ ਨਿਕਲ ਜਾਂਦਾ, ਇੱਧਰੋਂ ਫਾਜ਼ਿਲਕਾ ਵੀ ਨਿਕਲ ਜਾਂਦਾ ਘੁੰਮ ਕੇ, ਪਰ ਜਿਹੜਾ ਪਾਣੀ ਪੰਚਕੂਲੇ ਵਾਲੀ ਸਾਈਡ ਦਾ, ਜਦੋਂ ਆਪਾਂ ਪੰਚਕੂਲੇ ਦੇ ਜਿਹੜਾ ਨਾਲ ਹਿੱਸਾ ਲੱਗਦਾ ਹਿਮਾਚਲ ਦਾ ਜਾਂ ਜਿਹੜੇ ਇੱਧਰੋਂ ਡੈਮ ਆਉਂਦੇ ਆ ਜਾਂ ਇੱਧਰੋਂ ਜਿਹੜੀਆਂ ਨਦੀਆਂ ਨਾਲੇ ਹਿਮਾਚਲ ਦੇ ਆ, ਉਹ ਪਾਣੀ ਹਿਮਾਚਲ ਤੋਂ ਇੱਧਰੋਂ ਆਪਣਾ ਜਿਹੜੀ ਗੱਲ ਆਪਾਂ ਪੰਚਕੂਲਾ ਹੋ ਕੇ ਪੰਚਕੂਲਾ ਤੋਂ ਚੰਡੀਗੜ੍ਹ ਦੇ ਨਾਲ ਇਲਾਕਿਆਂ ਤੋਂ ਉੱਧਰੋਂ ਅੰਬਾਲੇ ਵਾਲੀ ਸਾਈਡ ਤੋਂ ਘੱਗਰ ਵੱਲ ਨੂੰ ਜਾਂਦਾ, ਠੀਕ ਹੈ, ਉਸ ਤੋਂ ਬਾਅਦ ਉਹ ਪਾਣੀ ਜਿਹੜਾ ਪਿੰਡਾਂ ਦਾ ਪਾਣੀ ਹੈ ਉਹ ਆਪਣੀ ਵੱਡੀ ਨਦੀ 'ਚ ਵੀ ਆਉਂਦਾ। ਪਟਿਆਲੇ ਨੂੰ ਖਤਰਾ ਉਦੋਂ ਹੁੰਦਾ ਜਦੋਂ ਵੱਡੀ ਨਦੀ 'ਚ ਪਾਣੀ ਆਉਂਦਾ, ਠੀਕ ਹੈ, ਵੱਡੀ ਨਦੀ 'ਚ ਪਾਣੀ ਮਾੜਾ ਮੋਟਾ ਹੈਗਾ, 1-2 ਫੁੱਟ 1.5 ਫੁੱਟ ਪਾਣੀ ਹੈਗਾ, ਬਾਰਿਸ਼ ਦਾ ਹੁੰਦੀ ਹੈ ਨਿਕਲ ਜਾਂਦਾ, ਪਰ ਜੇਕਰ ਪਿੱਛੇ ਬਾਰਿਸ਼ ਨਾ ਰੁਕੀ ਤਾਂ ਉਹ ਪਾਣੀ ਆ ਜਿਹੜਾ ਉਹ ਨਦੀ 'ਚ ਵੀ ਆਉਣਾ ਅਤੇ ਘੱਗਰ 'ਚ ਵੀ ਆਉਣਾ, ਪਰ ਉਦੋਂ ਤੋਂ ਉੱਨੀ ਦੇਰ ਘਬਰਾਉਣ ਦੀ ਲੋੜ ਨਹੀਂ ਹੈਗੀ ਜਿੰਨੀ ਦੇਰ ਪੰਜਾਬ ਦੇ ਵਿੱਚ ਵੀ ਜ਼ਬਰਦਸਤ ਮੀਂਹ ਨਹੀਂ ਪੈਂਦਾ, ਠੀਕ ਹੈ। ਜੇ ਪਿੱਛੋਂ ਬਾਰਿਸ਼ ਆ ਰਹੀ, ਪਾਣੀ ਆ ਰਿਹਾ
ਤਾਂ ਜਿੰਨਾ ਕੁ ਲੋੜ ਮੁਤਾਬਕ ਘੱਗਰ ਦਾ ਪਾਣੀ ਅੱਗੇ ਨਿਕਲੀ ਜਾ ਰਿਹਾ, ਨਿਕਾਸੀ ਹੈਗੀ ਹੈ, ਇਹੋ ਜਿਹੀ ਕੋਈ ਗੱਲ ਨਹੀਂ, ਘੱਗਰ ਦੇ ਪਾਣੀ ਦੀ ਵੀ ਨਿਕਾਸੀ ਹੈ ਅਤੇ ਵੱਡੀ ਨਦੀ ਦੇ ਪਾਣੀ ਦੀ ਵੀ ਨਿਕਾਸੀ ਹੈ, ਸਾਰੀਆਂ ਨਿਕਾਸੀਆਂ ਨਦੀਆਂ ਨਾਲ ਹੀ ਨਿਕਾਸੀ ਅੱਗੇ ਹੈਗੀ ਹੈ। ਪਰ ਜੇਕਰ ਗੱਲ ਆ ਗਈ ਵੀ ਬਾਰਿਸ਼ ਪੰਜਾਬ 'ਚ ਵੀ, ਹਰਿਆਣਾ ਦੇ ਵਿੱਚ ਵੀ, ਇੱਥੇ ਵੀ ਬਹੁਤ ਜ਼ਬਰਦਸਤ ਬਾਰਿਸ਼ ਹੋ ਗਈ, ਪਿੱਛੇ ਵੀ ਬਾਰਿਸ਼ ਹੋ ਰਹੀ ਹੈ ਔਰ ਨਦੀਆਂ ਘੱਗਰ ਸਾਰੇ ਭਰ ਗਏ, ਫਿਰ ਘਬਰਾਉਣ ਦੀ ਲੋੜ ਕਿਤੇ ਨਾ ਕਿਤੇ ਹੋਏਗੀ। ਪਰ ਹਾਲ ਦੀ ਘੜੀ ਮੌਸਮ ਵਿਭਾਗ ਮੁਤਾਬਕ ਕੋਈ ਘਬਰਾਉਣ ਦੀ ਲੋੜ ਨਹੀਂ, ਨਾ ਕਿਸਾਨਾਂ ਨੂੰ, ਨਾ ਸ਼ਹਿਰ ਵਾਸੀਆਂ ਨੂੰ, ਨਾ ਪੰਜਾਬ ਦੇ ਲੋਕਾਂ ਨੂੰ। ਠੀਕ ਹੈ, ਮੌਸਮ ਬਿਲਕੁਲ ਸਹੀ ਆ, ਹਾਲੇ 36 ਘੰਟੇ ਆਉਣ ਲਈ ਉਹਨਾਂ ਨੇ ਦੱਸਿਆ ਵੀ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਪਰ ਕੁਝ ਹਿੱਸਿਆਂ ਦੇ ਵਿੱਚ ਵੀ ਬਾਰਿਸ਼ ਜਿਹੜੀ ਉਹ ਘੱਟ ਹੋਏਗੀ। ਰਮਾਣਾ ਜੀ ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਦੱਸਿਆ ਕਿ 36 ਘੰਟੇ ਦੇ ਅੰਦਰ ਜਿਹੜੀ ਬਰਸਾਤ ਆ ਉਹ ਹੋ ਸਕਦੀ ਹੈ, ਜਿਹੜੀ ਬਰਸਾਤ ਹੋਵੇਗੀ, ਕਿਹੜੇ ਇਲਾਕਿਆਂ ਦੇ ਵਿੱਚ ਪਾਣੀ ਜ਼ਿਆਦਾ ਖੜੇਗਾ ਅਤੇ ਕੀ ਹਾਲਾਤ ਹੋਣਗੇ, ਉਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਦਿਖਾਵਾਂਗੇ। ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ, ਧੰਨਵਾਦ।